ਹਾਂਜੀ ਦੋਸਤੋ ਅੱਜ ਆਪਾਂ ਪਿੰਡ ਆਇਆ ਜਰਗੜੀ ਲੁਧਿਆਣੇ ਦੇ ਨੇੜੇ ਆ ਨਾਲ ਆਪਣੇ ਬਾਈ ਹਰਿੰਦਰ ਬਾਈ ਜਗਤਾਰ ਬਾਈ ਸੁੱਖੀ ਹੁਣੇ ਖੜੇ ਆ ਦੋ ਟਰੈਕਟਰ ਤੁਸੀਂ ਮੋਡੀਫਾਈ ਟਰੈਕਟਰ ਜਿਹੜੇ ਆ ਮਗਰ ਦੇਖ ਰਹੇ ਹੋ ਖੜੇ ਤੇ ਨਾਲ ਇੱਕ ਤੁਸੀਂ ਇਹ ਬੁਲਟ ਦੇਖ ਰਹੇ ਹੋ ਤੇ ਅੱਜ ਨਾ ਬੜੀ ਖਾਸ ਵੀਡੀਓ ਹੋਣ ਵਾਲੀ ਆ ਅੱਜ ਦੀ ਵੀਡੀਓ ਬੜੀ ਖਾਸ ਹੋਊਗੀ ਕਿਉਂ ਹੋਊਗੀ ਇਹ ਦੇ ਵਿੱਚ ਆਪਾਂ ਜਿਹੜੀ ਗੱਲਬਾਤ ਅਗਲੀ ਜਿਹੜੀ ਕਰਨ ਲੱਗੇ ਆ ਬਾਈ ਹਰਿੰਦਰ ਉਹਨਾਂ ਨਾਲ ਉਦੇ ਵਿੱਚ ਦੇਖਿਓ ਵੀ ਕੀ ਇਹ ਦੇ ਵਿੱਚ ਖਾਸ ਆ ਕਿਉਂਕਿ ਖਾਸ ਬਹੁਤ ਹੈ ਦੇ ਵਿੱਚ ਤੇ ਸਭ ਤੋਂ ਪਹਿਲਾਂ ਬਈ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਬਈ ਸਤਿ ਅਕਾਲ ਜੀ ਧੰਨਵਾਦ ਤੁਹਾਡਾ ਸਾਡੇ ਪਹੁੰਚਣ ਦੇ ਧੰਨਵਾਦ ਬਾਈ ਜੀ ਸਭ ਤੋਂ ਪਹਿਲਾਂ ਤਾਂ ਬਈ ਆਪਾਂ ਟਰੈਕਟਰਾਂ ਦੀ ਗੱਲ ਕਰ ਲਈਏ ਵੀ ਮੋਡੀਫਾਈ ਤੁਸੀਂ ਪੂਰੇ ਕੀਤੇ ਹੋਏ ਆ ਨਾ ਵੀ ਟਰੈਕਟਰਾਂ ਨੂੰ ਬੜਾ ਸ਼ਿੰਗਾਰਿਆ ਵਾ ਇਹ ਕਿੰਨੇ ਕ ਟਾਈਮ ਦਾ ਤੁਹਾਡਾ ਸ਼ੌਂਕ ਹੈ ਇਹ ਜਾਂ ਵੈਸੇ ਸ਼ਿੰਗਾਰਨ ਲੱਗ ਗਿਆ ਕੀ ਕਾਰਨ ਹੈ ਇਹ ਜੀ ਸ਼ੌਂਕ ਤਾਂ ਵੀਰੇ ਪੂਰਾ ਹੈ ਛੋਟੇ ਹੁੰਦੇ ਤੋਂ ਹੀ ਆ ਆਪਾਂ ਨੂੰ ਹਾਂਜੀ ਮੈਂ ਜਦ ਪੰਜਵੀਂ ਕਲਾਸ ਚ ਪੜ੍ਹਦੇ ਜਦਾਂ ਵੀਰੇ ਟਰੈਕਟਰ ਚਲਾਉਣ ਲੱਗਿਆ ਜਾਣੇ ਸ਼ ਠੀਕ ਆ ਬਾਈ ਹਾਂਜੀ ਹਾਂ ਪਹਿਲਾਂ ਫਾਰਮ ਟਰੈਕ ਟਰੈਕਟਰ ਦੀ ਆਪਣੇ ਕੋ ਉਹ ਵੀ ਆਪਾਂ ਪੂਰਾ ਸ਼ਿੰਗਾਰ ਕੇ ਰੱਖਿਆ ਹੁਣ ਆਪਾਂ ਇਹਦੇ ਦੀ ਪੂਰੀ ਰੀਜ ਲਈ ਦੀ ਇਹ ਤੋਂ ਹੀ ਕੰਮ ਲੈਨੇ ਆ ਸਾਨੂੰ ਇਹਦੇ ਹੀ ਕੰਮ ਲੈਨੇ ਆ ਠੀਕ ਆ ਤੇ ਨਾਲ ਜਿਹੜਾ ਆਪਾਂ ਇੱਕ ਬੁਲਟ ਦੇਖ ਰਹੇ ਆ ਬਾਈ ਜੀ ਇਹ ਇਹਦੇ ਲਈ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਬਹੁਤ ਬਹੁਤ ਧੰਨਵਾਦ ਵੀਰੇ ਬਹੁਤ ਤੁਹਾਡਾ ਤੇ ਇਹਦੇ ਬਾਰੇ ਥੋੜੀ ਡਿਟੇਲ ਦੇ ਵਿੱਚ ਦੱਸ ਦਿਓ ਵੀ ਇਹ ਬੁਲਟ ਆਪਾਂ ਨੂੰ ਕਿਵੇਂ ਮਿਲਿਆ ਵਾ ਕਿਉਂਕਿ ਆ ਤਾਂ ਆਪਣੀ ਹੱਥਾਂ ਦੀ ਮਿਹਨਤ ਆ ਜਿਹੜੀ ਹੈ ਨਾ ਸ਼ੌਂਕ ਕਹਿ ਲਓ ਮਿਹਨਤ ਕਹਿ ਲਓ ਲੰਮਾ ਟਾਈਮ ਹੋ ਗਿਆ ਤੁਹਾਨੂੰ ਇਸ ਚੀਜ਼ ਨੂੰ ਸ਼ਿੰਗਾਰਦੇ ਹੋਈ ਪਰ ਆ ਸਿਰਫ ਜਿਹ ਸੂਝ ਬੁਰੀ ਨਾਲ ਕਿਉਂਕਿ ਜੇ ਆਪਾਂ ਅੱਜ ਦੇ ਜਵਾਨਾਂ ਨੂੰ ਜਿਹੜੇ ਕਹਿੰਨੇ ਆਪਾਂ ਨੌਜਵਾਨੀ ਪੰਜਾਬ ਦੀ ਨੌਜਵਾਨੀ ਖਤਮ ਹੁੰਦੀ ਜਾਂਦੀ ਨਸ਼ਿਆਂ ਚ ਜਾਂ ਸ਼ੌਂਕ ਦੇ ਵਿੱਚ ਪੈ ਗਏ ਆ ਵੀ ਬਈ ਆ ਪੁੱਠੇ ਸਿੱਧੇ ਕੰਮ ਕਰੀ ਜਾਂਦੇ ਆ ਪਰ ਪੁੱਠੇ ਸਿੱਧੇ ਕੰਮਾਂ ਦੇ ਨਾਲ ਨਾਲ ਜਿਹੜੇ ਚੰਗੇ ਕੰਮ ਆ ਉਹਨਾਂ ਨੂੰ ਸਰਾਣਾ ਵੀ ਬੰਦਾ ਵਾ ਤੇ ਬਾਈ ਦੱਸੂਗਾ ਇਹਦੇ ਬਾਰੇ ਬਾਈ ਇਹਦੇ ਬਾਰੇ ਡਿਟੇਲ ਚ ਦੱਸ ਦਿਓ ਹਾਂਜੀ ਹਾਂ ਵੀਰੇ ਇਹ ਜਿਹੜੀ ਆਪਣੀ ਮਿੱਟੀ ਆ ਧਰਤੀ ਮਾਤਾ ਇਹਦੇ ਵੱਲੋਂ ਆਪਾਂ ਨੂੰ ਗਿਫਟ ਮਿਲਿਆ ਆਪਾਂ ਵੀਰੇ ਖੇਤੀ ਵੀ ਕਰਦੇ ਆਂ ਧਰਤੀ ਦੇ ਰੱਖਣ ਵਾਲੇ ਬੰਦੇ ਆਂ ਆਪਾਂ ਹਵਾ ਖੋਰ ਵਾਲੇ ਬੰਦੇ ਆਂ ਇਹ ਵੀਰੇ ਆਪਾਂ ਨੂੰ ਯੂਪੀਐਲ ਕੰਪਨੀ ਵੱਲੋਂ ਗਿਫਟ ਹੋਇਆ ਗਿਫਟਡ ਆ ਤੇ ਇਹ ਆਪਾਂ ਯੂਪੀਐਲ ਕੰਪਨੀ ਦੀ ਜੀ ਸਾਰੀਆਂ ਦਵਾਈਆਂ ਜਿਹੜੀਆਂ ਆਪਾਂ ਵਰਤਦੇ ਆ ਉਹਨੂੰ ਆਪਾਂ ਸਕੈਨਿੰਗ ਕਰਦੇ ਆ ਇਹਨਾਂ ਦੀ ਨੇਚਰ ਐਪ ਆ ਫਾਰਮਿੰਗ ਨੇਚਰ ਤੇ ਉਹਦੇ ਵਿੱਚ ਆਪਾਂ ਏ ਟੂ ਜ਼ेड ਨਾਲ ਹੀ ਦਵਾਈ ਸਕੈਨ ਕਰਦੇ ਸੀ। ਉਹ ਸਕੈਨ ਕਰਨ ਨਾਲ ਆਪਾਂ ਨੂੰ ਪੁਆਇੰਟ ਰੇਟਿੰਗ ਵਧਦੀ ਆ ਆਪਣੀ ਨਾਲੇ ਤਾਂ ਆਪਾਂ ਨੂੰ ਉਹ ਚੋ ਪੈਸੇ ਵਾਪਸ ਆਉਂਦੇ ਆ ਕੁਝ ਆਪਣੇ ਅਕਾਊਂਟ 'ਚ ਜਿਹੜੀ ਆਪਾਂ ਦਵਾਈ ਖਰੀਦਦੇ ਆ ਤੇ ਦੂਜਾ ਆਪਾਂ ਨੂੰ ਉਹ ਜਾਲੀ ਵਗੈਰਾ ਦਾ ਪਤਾ ਲੱਗ ਜਾਂਦਾ ਵੀ ਆਪਾਂ ਰੈਗਨਲ ਦਵਾਈ ਵਰਤਦੇ ਆ। ਅੱਛਾ ਜੀ। ਉਹਦੇ ਤੋਂ ਆਪਣੇ ਪੁਆਇੰਟ ਰੇਟਿੰਗ ਵਧੀ ਹੋਈ ਦੀ ਵੀਰੇ ਤੇ ਦੂਜੀ ਆਪਣਾ ਇਹਦਾ ਕੰਟੈਸਟ ਹੋਇਆ ਫਿਰ ਆਪਣਾ। ਉਹਨਾਂ ਨੇ ਆਪਾਂ ਤੋਂ ਦਵਾਈਆਂ ਬਾਰੇ ਸਵਾਲ ਪੁੱਛੇ ਵੀ ਆਪਾਂ ਜੇ ਆਹ ਦਵਾਈ ਵਰਤਦੇ ਆ ਤਾਂ ਇਹਨੂੰ ਆਪਾਂ ਕਿਵੇਂ ਵਰਤਣਾ ਸਹੀ ਤਰੀਕਾ ਦਾ ਕੀ ਆ ਠੀਕ ਆ ਬਾਈ ਉਹ ਵੀਰੇ ਮੈਂ ਜਣੀ ਆਪਣਾ ਜਵਾਬ ਸਹੀ ਨਿਕੜਾ ਸਭ ਤੋਂ ਵਧੀਆ ਉਹਨਾਂ ਨੂੰ ਪਸੰਦ ਆਇਆ ਕੰਪਨੀ ਵੱਲੋਂ ਤੇ ਉਹਨਾਂ ਨੇ ਆਪਾਂ ਨੂੰ ਇਹ ਗਿਫਟ ਕੀਤਾ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਦੋਸਤੋ ਆਪਾਂ ਕੁਸਟ ਟਾਈਮ ਪਹਿਲਾਂ ਨਾ ਤੁਹਾਨੂੰ ਮੈਸੀ ਟਰੈਕਟਰ ਦੀ ਵੀਡੀਓ ਦਿਖਾਈ ਸੀ ਵੀ ਮੈਸੀ ਟਰੈਕਟਰ 98 99 ਦੇ ਵਿੱਚ ਬਾਈ ਨੇ ਜਿੱਤੇ ਸੀ ਇੱਕ ਤੇ ਇੱਕ ਟਰੈਕਟਰ ਉਸ ਤੋਂ ਪਹਿਲਾਂ ਵੀ ਜਿੱਤਿਆ ਗਿਆ ਦੋ ਟਰੈਕਟਰ ਆਪਣੇ ਯਾਨੀ ਕਿ ਇੱਥੇ ਜਿੱਤੇ ਗਏ ਸੀ ਮੈਸੀ ਤੇ ਉਸ ਤੋਂ ਬਾਅਦ ਬੁਲਟ ਦੀ ਜਿਹੜੀ ਆ ਬੁਲਟ ਨੂੰ ਕਿਵੇਂ ਜਿੱਤਿਆ ਗਿਆ ਬਾਈ ਨੇ ਜਿਵੇਂ ਦੱਸਿਆ ਦਵਾਈਆਂ ਦੇ ਵਿੱਚ ਤੇ ਬਾਈ ਫਿਰ ਇਹ ਜਿਹੜੀ ਜਾਣਕਾਰੀ ਦਵਾਈਆਂ ਦੀ ਚਲੋ ਖੇਤੀਬਾੜੀ ਦਾ ਆਪਾਂ ਕਰਦੇ ਆਂ ਪਰ ਜਿਹੜੇ ਜਿੰਨੇ ਵੀ ਜ਼ਿਮੀਂਦਾਰ ਖੇਤੀਬਾੜੀ ਕਰਦੇ 70% ਜ਼ਿਮੀਂਦਾਰ ਇਹ ਵੀ ਆ ਜਿਹੜੇ ਜਿਹੜੇ ਮਹਾਜਨ ਕੋਲੇ ਜਾ ਕੇ ਪੁੱਛਦੇ ਬਾਈ ਹੁਣ ਸਪਰੇਅ ਕਿਹੜੀ ਕਰ ਲਈ ਜਿਨੇ ਖੇਤੀ ਇੱਕ ਦਿਨ ਨਹੀਂ ਕੀਤੀ ਹੁੰਦੀ ਹੈ ਨਾ ਜਿਹਦੇ ਜਿਹੜੇ ਲਾਲੇ ਤੋਂ ਦਵਾਈ ਲੈ ਕੇ ਆਉਣੀ ਹੁੰਦੀ ਉਹ ਤੇ ਜਾ ਕੇ ਪੁੱਛਦੇ ਬਾਈ ਅੱਜ ਆਪਣੇ ਕਣਕ ਨੂੰ ਜਾਂ ਆਪਣੇ ਝੋਨੇ ਨੂੰ ਆ ਨੁਕਸਾਨ ਹੋ ਗਿਆ ਵਾ ਦਵਾਈ ਦੱਸੋ ਕਿਹੜੀ ਕਰਗੇ ਤੇ ਫਿਰ ਤੁਸੀਂ ਫਿਰ ਇੰਨੀ ਜਾਣਕਾਰੀ ਕਿਵੇਂ ਇਕੱਠੀ ਕੀਤੀ ਇਹ ਵੀਰੇ ਜਾਣਕਾਰੀ ਦਾ ਇੱਕ ਮਤਲਬ ਤੇ ਆਪਣੇ ਨਾ ਫੇਸਬੁੱਕ ਉੱਤੇ YouTube ਤੇ ਕਰਾਪ ਇਨਫੋਰਮੇਸ਼ਨ ਤੇ ਮੇਰੀ ਖੇਤੀ ਤੇ ਮੇਰਾ ਖੇਤ ਆਪਣੇ ਸ਼ੇਰ ਸਿੰਘ ਮਰਖਾਈ ਜੀ ਦਾ ਪੇਜ ਆ ਹਾਂ ਜੀ ਹਾਂ ਉਹਨਾਂ ਤੋਂ ਆਪਾਂ ਪੂਰੀਆਂ ਉਹਨਾਂ ਦੀਆਂ ਵੀਡੀਓ ਦੇਖ ਕੇ ਆਪ ਸਮਝ ਵਿੱਚ ਪੂਰਾ ਕਰਕੇ ਆਪਣੇ ਖੇਤ 'ਚ ਆਪਾਂ ਟ੍ਰਾਇਲ ਲਾਉਨੇ ਆ ਉਹਨਾਂ ਦੀ ਦੱਸੀ ਹੋਈ ਗੱਲ ਦਾ ਆਪਾਂ ਇੱਕ ਕੀਲੇ 'ਚ ਲਗਾ ਲਈਏ ਭਾਵੇਂ 2 ਕੀਲਿਆਂ 'ਚ ਲਗਾ ਲਈਏ ਪਹਿਲਾਂ ਆਪਾਂ ਟ੍ਰਾਇਲ ਲਾਉਨੇ ਆ ਤੇ ਉਹੀ ਹਿਸਾਬ ਨਾਲ ਆਪਾਂ ਇਹ ਦਵਾਈ ਵਰਤਦੇ ਆ ਜਿਹੜੀ ਮੰਨ ਲਓ ਆਪਾਂ ਦਵਾਈ 1 ਕੀਲੇ 'ਚ ਵਰਤਣੀ ਆ ਜੇ ਆਪਾਂ ਨੂੰ ਉਹਦਾ ਰਿਜ਼ਲਟ ਮਿਲੂਗਾ ਆਪਾਂ ਤਾਂ ਸਾਰੇ ਖੇਤ 'ਚ ਵਰਤਣੀ ਆ ਨਹੀਂ ਉਹ ਵਰਤਣੀ ਨਾ ਆਪਾਂ ਕਿਸੇ ਕਹਿਣ ਤੇ ਵਰਤੀਏ ਜੇ ਆਪਾਂ ਨੂੰ ਪਸੰਦ ਆਉਣੀ ਆ ਦਵਾਈ ਵੀ ਆਪਣੇ ਕੰਮ ਕਰ ਦੇ ਖੇਤ 'ਚ ਆਪਾਂ ਨੂੰ ਫਾਇਦਾ ਹੋਇਆ ਤੇ ਆਪਾਂ ਵਾਧੂ ਖਰਚਾ ਵੀ ਨਹੀਂ ਕਰਦੇ ਜਾਨੀ ਜਿਹੜੀ ਆਪਾਂ ਲੋੜ ਮੰਨਦਾ ਆਪੋ ਆਪਦੇ ਖੇਤ ਚ ਕਰਕੇ ਫੇਰ ਸਾਰੇ ਵਰਤਦੇ ਨੇ ਕਿਸੇ ਤੇ ਕਹਿਣ ਤੇ ਇਹ ਨਹੀਂ ਵੀ ਉਹਨੇ ਕਹਤਾ ਆਪਾਂ ਸਾਰੇ ਖੇਤ ਚ ਉਹ ਹੀ ਕਰਤੀ ਨਹੀਂ ਕਦੇ ਨਹੀਂ ਅਜੇ ਤੱਕ ਕਰੀ ਜਦ ਦੀ ਆਪਦੀ ਸੁਰਤ ਸੰਭਲੀ ਖੇਤੀ ਕਰਨ ਲੱਗਿਆ ਵੀਰੇ ਏਕਣੇ ਕਰਦੇ ਆ ਠੀਕ ਆ ਤੇ ਪ੍ਰਗਟ ਸਿੰਘ ਮੇਰਾ ਬਾਈ ਦੋਸਤ ਆ ਕ੍ਰੌਪ ਇਨਫੋਰਮੇਸ਼ਨ ਵਾਲਾ ਤੇ ਅੱਜ ਬਾਈ ਬਾਈ ਨੇ ਕਿਤਾਬ ਹੁਣ ਨਰਮੇ ਦੇ ਕੀਤੀ ਆ ਤੇ ਪਰ ਬਾਈ ਤੇਰੀ ਕਿਤਾਬ ਸਕਸੈਸ ਹੋ ਗਈ ਆ ਕਿਉਂਕਿ ਇਸ ਏਰੀਆ ਦੇ ਵਿੱਚ ਜਿੱਥੇ ਕੱਲਾ ਝੋਨਾ ਹੁੰਦਾ ਤੇ ਤੂੰ ਬੈਠਾ ਨਰਮੇ ਵਾਲੇ ਏਰੀਆ ਚ ਤੇਰੇ ਤੋਂ ਜਾਣਕਾਰੀ ਲੈ ਲੈ ਕੇ ਬਾਈਆਂ ਨੇ ਬੁਲਟ ਮੋਟਰਸਾਈਕਲ ਲਿਆ ਜੈੱਟ ਤੇ ਤੇ ਲਈ ਵਧਾਈ ਵੀ ਦਿੰਨੇ ਆ ਇਸ ਵੀਡੀਓ ਦੇ ਰਾਈ ਬਾਈ ਵੀਡੀਓ ਜਰੂਰ ਵੇਖੂਗਾ ਤੇ ਵਧਾਈ ਵੀ ਆ ਤੈਨੂੰ ਤੇ ਬਾਈ ਨਰਮੇ ਦੀ ਕਿਤਾਬ ਵੀ ਬਾਈ ਉਹਨਾਂ ਦੀ ਆ ਗਈ ਚਲ ਤੁਹਾਡੇ ਏਰੀਆ 'ਚ ਨਰਮਾ ਨਹੀਂ ਆਉਂਦਾ ਹਨਾ ਨਰਮਾ ਬਹੁਤ ਘਾਟਾ ਵੀਰੇ ਪਰ ਫਿਰ ਵੀ ਵੀਰ ਦੀ ਕਿਤਾਬ ਦਾ ਜਾਨੀ ਕਿ ਲਵਾਗੇ ਜਰੂਰ ਅਜੇ ਤੱਕ ਦੇਖੀ ਹੈ ਵੀ ਇਹਨਾਂ ਬਹੁਤ ਵਧੀਆ ਸਕਸੈਸਫੁਲ ਹੋਈ ਹੈ ਕਿਤਾਬ ਬਹੁਤ ਵੀਰਾਂ ਨੂੰ ਉਹ ਜਿਹੜੇ ਦੱਸਣ ਦਾ ਮਤਲਬ ਵੀ ਉਹ ਚ ਆਪਾਂ ਨੂੰ ਜੀਰੀ ਵਾਲੇ ਜਿਹੜੇ ਆਪਾਂ ਝੋਨੇ ਵਾਲੇ ਆ ਉਹਨਾਂ ਵਾਸਤੇ ਵੀ ਪਹਿਲੇ 10-15 ਬੇਜ ਜਿਹੜੇ ਵੀਰੇ ਨੇ ਮਿੱਟੀ ਤੇ ਲਾਏ ਆ ਮਿੱਟੀ ਦੀ ਜਾਣਕਾਰੀ ਦੇਣ ਵਾਸਤੇ ਉਹ ਆਪਣੇ ਵੀ ਫਾਇਦੇ ਖਾਤਰ ਆਪਣੇ ਏਰੀਆ 'ਚ ਥੋੜੀ ਵੀਰ ਨੇ ਉਹ ਸਪਲਾਈ ਘਟ ਕਰੀ ਹੈ ਕਿਤਾਬ ਔਰ ਆਪਾਂ ਨੂੰ ਇਧਰੋਂ ਥੋੜੀ ਮਿਲ ਕਾ ਜਦੋਂ ਉਧਰੋਂ ਢੇਡਾ ਲੱਗਿਆ ਲੈ ਕੇ ਜਰੂਰ ਆਵਾਂਗੇ ਇਹਨਾਂ ਜਰੂਰ ਬਾਈ ਹੁਣੇ ਤੇਰੀ ਗੱਲ ਵੀ ਕਰਵਾ ਦੂੰਗਾ ਮੈਂ ਤੇ ਹੁਣ ਆਪਾਂ ਟਰੈਕਟਰ ਬਾਰੇ ਥ ਇਹਦੇ ਵਿੱਚ ਕੀ ਕੀ ਬਾਈ ਉਹਨਾਂ ਨੇ ਚੇਂਜ ਕੀਤਾ ਵਾ ਤੇ ਬਾਈ ਜੀ ਇਹ ਕਿਹੜਾ ਮਾਡਲ ਟਰੈਕਟਰ ਆਪਣਾ ਜੀ ਮਾਡਲ ਵੀਰੇ 18 ਮਾਡਲ ਹੈ ਵੀਰੇ 2018 ਅੱਛਾ ਤੇ ਇਹ 86ਤੀ ਇਹ ਹਾਬੀ ਬਣਾ ਲਿਆ ਫਿਰ ਹਾਂਜੀ ਹਾਂ ਵੀਰੇ ਸ਼ੌਂਕੀਆ ਤੌਰ ਤੇ ਲਖਾਇਆ ਹੋਇਆ 30 ਜਗਾ ਹਾ ਬਣਾਇਆ ਹੋਇਆ ਵਾਜਣੀ ਵੱਖਰੀ ਚੀਜ਼ ਕਰੀ ਹੋਈ ਆਪਣ ਠੀਕ ਆ ਤੇ ਇਹਦੇ ਵਿੱਚ ਕੀ ਕੀ ਚੇਂਜ ਕੀਤਾ ਬਾਈ ਥੋੜਾ ਦੱਸੋਗੇ ਇਹਦੇ ਬਾਰੇ ਚੇਂਜ ਵੀਰੇ ਇਹਦੇ ਵਿੱਚ ਬਸ ਇੱਕ ਆਪਾਂ ਟਾਇਰ ਵਗੈਰਾ ਪਾਇਆ ਤੇ ਬੰਪਰ ਤੁਹਾਨੂੰ ਪਤਾ ਮੋਡੀਫਿਕੇਸ਼ਨ ਹੁੰਦਾ ਹੈ ਤੇ ਹਾਰਨ ਵਗੈਰਾ ਇਹ ਹੀ ਚੀਜ਼ਾਂ ਲਾਈਆਂ ਠੀਕ ਆ ਤੇ ਬਾਕੀ ਮਾੜਾ ਮੋਟਾ ਪੰਪ ਪੰਪ ਦੀ ਥੋੜੀ ਮੋਟੀ ਸੈਟਿੰਗ ਵਗੈਰਾ ਅੱਛਾ ਜੀ ਹਾਂਜੀ ਹਾਂ ਤੇ ਹੁਣ ਜਾਨੀ ਕਿ ਖੇਤੀ ਦੇ ਵਿੱਚ ਵੀ ਤੁਸੀਂ ਨਾਲ ਚਲਾਉਨੇ ਆ ਫਿਰ ਇਸੇ ਟਰੈਕਟਰ ਤੋਂ ਹੀ ਖੇਤੀ ਦਾ ਸਾਰਾ ਕੰਮ ਲੈਣੇ ਆ ਤੇ ਨਾਲ ਹੀ ਖੇਤੀ ਦਾ ਸਾਰਾ ਕੰਮ ਵੀ ਤੁਸੀਂ ਇਸੇ ਟਰੈਕਟਰ ਤੋਂ ਲੈਨੇ ਆ ਤੇ ਨਾਲ ਸ਼ੌਂਗੀਆ ਤੌਰ ਤੇ ਫਿਰ ਇਹ ਸ਼ੰਗਾਰੇ ਆ ਵੀ ਇਹਨੂੰ ਫਿਰ ਕੋਈ ਟੋਜਨਾ ਤੇ ਜਾਂ ਜਾਂ ਤਮੀਆਂ ਦੇ ਮੁਕਾਬਲੇ ਹੁੰਦੇ ਉੱਥੇ ਵੀ ਕਿਤੇ ਪਾਇਆ ਵਾ ਨਹੀਂ ਨਹੀਂ ਵੀਰੇ ਪਾਇਆ ਨਹੀਂ ਆ ਕਿਉਂ ਆਪਣੇ ਏਰੀਆ 'ਚ ਥੋੜਾ ਜਿਹਾ ਘੱਟ ਹੁੰਦਾ ਅੱਛਾ ਜਦ ਅੱਗੇ ਮੇਲਾ ਆਊਗਾ ਆਪਣੇ ਉਸਤਾਦ ਹੁਣੀ ਨੇ ਭੂਪੀ ਵੀਰੇ ਹੁਣੀ ਹਾਂ ਜਸਪ੍ਰੀਤ ਹੁਣੀ ਦਵਿੰਦਰ ਵੀਰੇ ਹੁਣੀ ਸਾਰੇ ਪਹੁੰਚਣਗੇ ਜੇ ਕਦੇ ਮੌਕਾ ਮਿਲਿਆ ਤਾਂ ਕਰਾਂਗੇ ਵੀ ਜ਼ਰੂਰ ਵੀਰੇ ਪਰ ਹਜੇ ਤੱਕ ਜਾਣੇ ਸਿੰਪਲ ਆਪਣਾ ਘਰ ਦੀ ਖੇਤੀਬਾੜੀ ਰੱਖਿਆ ਹੋਇਆ ਸਾਰੇ ਕੰਮਾਂ ਵਿੱਚ ਵਰਤਦੇ ਆਣ ਇਹਨੂੰ ਹੀ ਸ਼ੌਂਕਿਆ ਤੌਰ ਤੇ ਰੱਖਿਆ ਸ਼ੌਕੀਆ ਤੌਰ ਤੇ ਤੇ ਬੜਾ ਵਧੀਆ ਬਈ ਸ਼ਿੰਗਾਰਿਆ ਵੀ ਸੋਹਣਾ ਤੇ ਸਾਫ ਸਫਾਈ ਵੀ ਬੜੀ ਰੱਖੀ ਹੈ ਟਰੈਕਟਰ ਦੀ ਹੈ ਨਾ ਹਾਂਜੀ ਹਾਂ ਵੀਰੇ ਇਹਦਾ ਅੱਜ ਸਾਡਾ ਕੰਮ ਨਿਬੜਿਆ ਦੀ ਹਾਂ ਵੀਰੇ ਅੱਜ ਇਹਨ ਜਿਹੜਾ ਸਾਫ ਸਫਾਈਆ ਕਰਕੇ ਟਾਇਰ ਵਗੈਰਾ ਕਰਦੇ ਹਾਂ ਜੇ ਵੇਟ ਵਗੈਰਾ ਪਾਉਣਾ ਤੁਹਾਨੂੰ ਦੱਸਿਆ ਵੀ ਰਹਿੰਦੇ ਆ ਉਹ ਹੋਲੀ-ਵੋਲੀ ਇੱਕ ਦੋ ਦਿਨਾਂ ਤੱਕ ਫ੍ਰੀ ਹੋ ਕੇ ਕਰਾਂਗੇ ਠੀਕ ਹੈ ਠੀਕ ਹੈ ਤੇ ਆਜੋ ਥੋੜਾ ਜਿਹਾ ਦੂਸਰੇ ਟਰੈਕਟਰ ਬਾਰੇ ਵੀ ਦੱਸ ਦੀ ਹੈ ਹਨਾ ਉਹ ਵੀ ਰਾਜ ਆ ਕੇ ਦੱਸ ਹਾਂ ਬਈ ਜਗਤਾਰ ਤੇ ਇਹ ਬਾਈ ਆ ਗਿਆ ਜਗਤਾਰ ਆਪਣਾ ਸੱਸੀ ਦਾ ਹਾਂਜੀ ਸੱਸੀ ਦਾ ਬਾਈ ਤੇ ਆਪਣਾ ਕਿਹੜਾ ਮਾਡਲ ਟਰੈਕਟਰ ਆ ਜੀ ਇਹ ਤੇ 2017 ਮਾਡਲ ਹੈ ਜੀ ਅੱਛਾ ਜੀ ਤੇ ਆਪਾਂ ਫਿਰ ਜਦੋਂ ਦਾ ਲਿਆਂਦਾ ਇਹ ਪਹਿਲੇ ਨਾਮ ਤੇ ਜਾਂ ਬਾਅਦ ਵਿੱਚ ਲੈ ਤੇ ਫਸਟ ਨਾਮ ਤੇ ਵੀਰ ਪਹਿਲਾਂ ਸੋਨਾ ਲੀਕਾ ਤੀਗਾ ਉਹਨੇ ਕੋਲ ਅੱਛਾ ਜੀ ਆਪਾਂ ਪਹਿਲਾਂ ਜੀਸੀਪੀਆਂ ਦਾ ਕੰਮ ਕਰਦੇ ਸੀ ਜਿੱ ਮੱਤੀ ਗਾ ਅੱਛਾ ਜੀ ਅੱਛਾ ਮੈਂ ਨਹੀਂ ਕਿ ਬੰਦ ਉਹਨਾਂ ਕਰਕੇ ਆਪਾਂ ਛੱਡਤਾ ਸੀਗਾ ਫਿਰ ਠੀਕ ਹੈ ਆਪਾਂ ਬਾਅਦ ਵਿੱਚ ਆ ਗਏ ਦੋ ਦੇ ਸਟੇਜ ਅੱਛਾ ਜੀ ਅੱਛਾ ਹਾਂ 2016 ਤੇ ਠੀਕ ਹੈ ਤੇ ਇਹ ਤੋਂ ਫੱਕੇਤੀ ਬਾੜੀ ਦਾ ਕੰਮ ਵੀ ਲੈਨੇ ਆਪਣੇ ਦੁਕਾਨਦਾਰੀ ਵੀ ਅਸੀਂ ਨੂੰ ਸਟੋਰ ਅੱਛਾ ਜੀ ਅੱਛਾ ਸਾਰੇ ਕੰਮ ਲਈ ਜene ਠੀਕ ਹੈ ਜੀ ਠੀਕ ਹੈ ਇਹ ਬਾਕੀ ਲਾਈਟਾਂ ਵਗੈਰਾ ਚੇਂਜ ਕਰੀਆਂ ਹੋਈਆਂ ਨੇ ਬੂਲਟ ਦੇ ਟਾਇਰ ਨੇ ਬਸ ਇਨਾ ਕੀ ਇਹ ਉਹ ਜ਼ਿਆਦਾ ਨਹੀਂ ਆ ਨਾ ਜ਼ਿਆਦਾ ਨਹੀਂ ਕਰਿਆ ਹੋਇਆ ਆਪਣੇ ਦਾ ਠੀਕ ਹੈ ਬਈ ਠੀਕ ਹੈ ਬਾਕੀ ਬਾਕੀ ਆ ਮਕਸਾ ਵਗੈਰਾ ਸਿਸਟਮ ਬਣਾ ਸਿਸਟਮ ਲਗਾ ਦਿੱਤਾ ਹਨਾ ਅੱਛਾ ਅੱਛਾ ਹਾਂ ਜੀ ਤੇ ਪਿੱਛੇ ਸੰਤਾਂ ਦੀ ਫੋਟੋ ਲੱਗੀ ਹੋਈ ਤੇ ਪਰਫਾਰਮੈਂਸ 53 ਦਾਹ ਦੀ ਦੱਸ ਦਿਓ ਜੀ ਕਿਵੇਂ ਆ ਬਈ ਵੀਰੇ ਪੂਰੀ ਫੁੱਲ ਵਧੀਆ ਅੱਛਾ ਜੀ ਹਾਂ ਜਾਨੀ ਕਿ ਆਪਾਂ ਪਹਿਲਾਂ ਸੋਨਾ ਲੀਗਾ ਰੱਖਿਆ ਉਹਦੇ ਨਾਲ ਫਸਟ ਕਲਾਸ ਆਪ ਪਹਿਲਾਂ ਅਸੀਂ ਭਾਰਤ ਨੂੰ ਜੋੜ ਡੀਅਰੇ ਰੱਖੇ ਨੇ ਅੱਛਾ ਜੀ ਅੱਛਾ ਮਿੱਟੀ ਤੇ ਠੀਕ ਹੈ ਬਈ ਠੀਕ ਹੈ ਅੱਜ ਦਾ ਟਾਈਮ ਇਹੀ ਆ ਵੀਰੇ ਦੋਏ ਟਰੈਕਟਰ 20 21 ਨੇ ਆ ਗਏ ਕਾਮਯਾਬ ਨੇ ਵੀਰੇ ਹਾਂ ਜੀ ਹਾਂ ਕਿਉਂਕਿ ਸਰਵਿਸ ਖਰਚਾ ਵੀ ਇਹਦਾ ਬਹੁਤ ਸਸਤਾ ਸੋਨਾਲੀਗਾ ਨਾਲੋਂ ਠੀਕ ਹੈ ਬਈ ਠੀਕ ਹੈ ਉਹਦੀ ਯਾਨੀ ਕਿ 5400 45 ਜੋ 100 ਚ ਸਰਵਿਸ ਹੁੰਦੀ ਹੈ ਦੀ ਸਿਰਫ 2800 ਰੁਪਏ ਚ ਸਰਵਿਸ ਹੋ ਜਾਂਦੀ ਹੈ ਠੀਕ ਹੈ ਬਈ ਠੀਕ ਹੈ ਨਹੀਂ ਬਹੁਤ ਵਧੀਆ ਬਈ ਸਾਫ ਸਫਾਈ ਬੜੀ ਰੱਖੀ ਹੈ ਟਰੈਕਟਰਾਂ ਦੀ ਜਿਹੜੀ ਮੇਨ ਚੀਜ਼ ਆ ਤੇ ਬਹੁਤ ਧੰਨਵਾਦ ਆ ਤੁਹਾਡਾ ਤੁਹਾਡਾ ਵੀਰੇ ਆਛਾ ਭਈਆ ਥੋੜਾ ਜਿਹਾ ਇੱਕ ਦਿਖਾ ਦਈਏ ਬਈ ਤੁਹਾਨੂੰ ਬਾਈ ਉਹਨਾਂ ਨੇ ਸ਼ੇਅਰ ਲਿਖਿਆ ਨਾ ਅਸੀਂ ਪੂਰੇ ਸੰਤਾਂ ਦੇ ਫੈਨ ਆ ਵੀਰੇ ਠੀਕ ਆ ਜੀ ਠੀਕ ਆ ਦੋਹੇ ਡਾਇਰੈਕਟਰ ਆਪਣੇ ਜਦੋਂ ਅਸੀਂ ਲੰਗਰ ਲਾਏ ਤਾਂ ਦਾਨੀ ਪਰ ਜਦੋਂ ਹੱਕ ਮੰਗਾਂਗੇ ਤਾਂ ਖਾਲਸਤਾਨੀ ਤੇ ਇੱਕ ਇਧਰ ਲਿਖਿਆ ਆ ਸ਼ੇਅਰ ਮੈਂ ਪਹਿਲਾਂ ਵੀ ਪੜ੍ਹ ਰਿਆ ਸੀ ਅਸੀਂ ਉਹ ਕੰਮ ਕਰਦੇ ਆ ਜਿਸ ਨਾਲ ਜੇਬਾਂ ਨਹੀਂ ਲੋਕਾਂ ਦੇ ਟੈਡ ਪਰਦੇ ਆ ਵਾਹ ਬਈ ਵਾਹ ਬਿਲਕੁਲ ਸਹੀ ਗੱਲ ਆ ਬਾਈ ਦੇ ਬਾਈ ਰਵਿੰਦਰ ਬਹੁਤ ਬਹੁਤ ਧੰਨਵਾਦ ਤੁਹਾਡਾ ਹਨਾ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਵੀਰੇ ਪਹੁੰਚੋ ਜੀ ਬਿਲਕੁਲ ਤੇ ਨਾਲ ਦੀ ਨਾਲ ਵਧਾਈਆਂ ਬਾਈ ਇੱਕ ਵਾਰ ਫੇਰ ਹਾਂ ਤੇ ਆਪਾਂ ਦੋਸਤੋ ਆ ਬੁਲਟ ਦਿਖਾ ਦਨੇ ਤੁਹਾਨੂੰ ਇੱਕ ਵਾਰ ਫੇਰ ਤੇ ਇੱਕ ਜਿਹੜਾ ਉੱਪਰ ਇਹਦੇ ਬੈਨਰ ਪਿਆ ਵਾ ਛੋਟਾ ਜਿਹਾ ਜਿਹਦੇ ਵਿੱਚ ਬਾਈ ਦੀ ਫੋਟੋ ਲੱਗੀ ਹੋਈ ਆ ਆ ਦੇਖ ਲਓ ਵੀ ਇਹ ਯੂਪੀਐਲ ਜਿਹੜੀ ਹੈਗੀ ਆ ਕੰਪਨੀ ਉਹਦੇ ਵੱਲੋਂ ਬਾਈ ਨੂੰ ਮਿਲਿਆ ਇਹ ਬੁਲਟ ਤੇ ਅਜੇ ਤੱਕ ਦੇਖੋਗੇ ਵੀ ਦੋਸਤੋ 86 ਕਿਲੋਮੀਟਰ ਚੱਲਿਆ ਤੇ ਅੱਜ ਦੀ ਵੀਡੀਓ ਇਹੀ ਆ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ